ਪੱਕ ਕੇ ਤਿਆਰ ਖੜ੍ਹੀ ਝੋਨੇ ਦੀ ਫਸਲ 'ਤੇ ਛੋਟੇ ਅਤੇ ਵੱਡੇ ਕਿਸਾਨਾਂ ਨੂੰ ਅਨੇਕਾਂ ਉਮੀਦਾਂ ਹੁੰਦੀਆਂ ਹਨ। ਪਰ ਜੇਕਰ ਮੰਡੀ ਜਾਣ ਤੋਂ ਪਹਿਲਾਂ ਹੀ ਕੁਦਰਤੀ ਆਫ਼ਤ ਜਾਂ ਕਿਸੇ ਹੋਰ ਕਾਰਨ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਬਰਬਾਦ ਹੋ ਜਾਵੇ ਤਾਂ ਕਿਸਾਨ ਦੀਆਂ ਉਮੀਦਾਂ 'ਤੇ ਪਾਣੀ ਫਿਰ ਜਾਂਦਾ ਹੈ ਅਤੇ ਕਿਸਾਨ ਦੇ ਦਿਲ 'ਤੇ ਕੀ ਬੀਤਦੀ ਹੈ ਉਹ ਤਾਂ ਉਹੀ ਜਾਣੇ। ਅਜਿਹਾ ਇੱਕ ਤਾਜ਼ਾ ਮਾਮਲਾ ਸ਼ਹਿਰ ਨੇੜਲੇ ਪਿੰਡ ਹਯਾਤ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਛੋਟੇ ਕਿਸਾਨ ਵੱਲੋਂ ਝੋਨੇ ਦੀ ਫਸਲ 'ਤੇ ਛਿੜਕਾਈ ਗਈ ਘਟੀਆ ਕਿਸਮ ਦੀ ਦਵਾਈ ਨੇ 2.25 ਏਕੜ ਦੇ ਕਰੀਬ ਝੋਨੇ ਦੀ ਫਸਲ ਬਰਬਾਦ ਕਰਕੇ ਰੱਖ ਦਿੱਤੀ। ਇੱਥੋਂ ਦੇ ਇੱਕ ਹੋਰ ਕਿਸਾਨ ਗੁਰਮੇਜ ਸਿੰਘ ਨੇ ਆਪਣੀ 2.25 ਏਕੜ ਦੀ ਕਰੀਬ ਝੋਨੇ ਦੀ ਫਸਲ 'ਤੇ ਦਵਾਈ ਦਾ ਛਿੜਕਾਅ ਕਰਨ ਕਾਰਨ ਖਰਾਬ ਹੋਣ ਦਾ ਦੋਸ਼ ਸਬੰਧਤ ਡੀਲਰ 'ਤੇ ਲਾਇਆ ਹੈ। ਇਸ ਮੌਕੇ ਉਹਨਾਂ ਨੇ ਸਰਕਾਰ ਤੋਂ ਡੀਲਰ ਦੇ ਖਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਮੇਰਾ ਆਪਣੇ ਪਿੰਡ ਹਯਾਨਗਰ ਜੀ, ਗੁਰਮੇਜ ਸਿੰਘ ਮੇਰਾ ਨਾਂ ਜੀ, ਸਾਡਾ ਉਹ ਗੁਰਦੀਪ ਸਿੰਘ ਜੀ, ਅਤੇ ਮੈਂ ਮੇਰੇ ਕੋਲ 2.25 ਏਕੜ ਸਾਡੀ ਪੈਲੀ ਹੈ, ਅਤੇ ਮੈਂ ਕੋਈ 5 ਦਿਨ ਪਹਿਲਾਂ ਆਪਣੇ ਸਪਰੇਅ ਲਿਆਂਦੀ ਸੀ ਆਪਣੇ ਨਿਊ ਰੰਧਾਵਾ ਖੇਤੀ ਸਟੋਰ ਤੋਂ, ਆਪਣੇ ਪਿੰਡ ਤੋਂ ਹੀ ਹਰਦੋਸ਼ਣੀ ਰੋਡ ਤੋਂ, ਅਤੇ ਉਹਨਾਂ ਨੇ ਮੈਨੂੰ 2 ਦਵਾਈਆਂ ਦਿੱਤੀਆਂ ਨੇ, ਇੱਕ ਟਿੱਡੇ ਦੀ ਅਤੇ ਇੱਕ ਤਿਲਟ ਦੀ। ਜਿਹੜੀ ਟਿੱਡੇ ਦੀ ਦਵਾਈ ਦਿੱਤੀ ਉਹਨਾਂ ਮੈਨੂੰ ਪਿਆ ਕੇ ਦਿੱਤੀ ਹੈ, ਜਿਹੜੀ ਟਿੱਡੇ ਦੀ ਦਵਾਈ ਦਿੱਤੀ ਉਹ ਮੈਨੂੰ ਉਹਨਾਂ ਨੇ ਖੋਲ੍ਹ ਕੇ ਦਿੱਤੀ ਹੈ, ਖੁੱਲ੍ਹੀ ਦਿੱਤੀ ਹੈ, ਵੀ ਓਪਨ ਸ਼ੀਸ਼ੀ 'ਚ ਦਿੱਤੀ ਹੈ, ਲਿਮਕੇ ਵਾਲੀ 'ਚ। ਉਹ ਮੈਂ ਲਿਆ ਕੇ ਜਦੋਂ ਸਪਰੇਅ ਕਰਾਈ ਹੈ, ਉਸ ਸਪਰੇਅ ਕਰਨ ਤੋਂ ਬਾਅਦ ਮੇਰਾ ਅਗਲਾ ਦਿਨ ਹੀ ਝੋਨਾ ਜਿਹੜਾ ਡੈਮੇਜ ਹੋ ਗਿਆ, ਸਾਰਾ ਸੁੱਕਣਾ ਸ਼ੁਰੂ ਹੋ ਗਿਆ। ਫਿਰ ਮੈਂ ਉਹਦੇ ਕੋਲ ਗਿਆ ਵਾਂ, ਉਹਨੂੰ ਮੈਂ ਜਾ ਕੇ ਪੁੱਛਿਆ ਵੀ ਆਹ ਗੱਲ ਆ, ਉਹਨੇ ਬਸ ਮੈਨੂੰ ਇਹੀ ਕਹੀ ਗਿਆ ਪਾਣੀ ਰੱਖ ਥੱਲੇ, ਕੋਈ ਨਹੀਂ ਠੀਕ ਹੋ ਜਾਏਗਾ। ਪਰ ਉਹ ਪਾਣੀ ਮੇਰੇ ਰੱਖਣ ਦੇ ਬਾਵਜੂਦ ਵੀ ਉਹਨੇ 5 ਦਿਨ ਮੇਰੇ ਨਿਗਾਹਤੇ ਆ, ਪਰ ਇਹ ਝੋਨਾ ਨਹੀਂ ਪੈੜਾਂ 'ਚ ਆਇਆ। ਅਤੇ ਮੈਂ ਬਸ ਇਹੀ ਚਾਹੁੰਦਾ ਵੀ ਮੈਨੂੰ ਇਨਸਾਫ ਦਿੱਤਾ ਜਾਏ, ਅਤੇ ਮੇਰੀ ਫਸਲ ਦਾ, ਜੋ ਮੈਂ ਛੋਟਾ ਕਿਸਾਨ ਆ, ਮੇਰਾ ਇਹੋ ਸਾੜਾ, ਮੇਰਾ ਇੰਨੀ ਕੁ ਮੇਰੇ ਕੋਲ ਪੈਲੀ ਆ, ਇਹਦੇ ਸਿਰ 'ਤੇ ਮੇਰਾ ਸਾਡਾ ਪਰਿਵਾਰ ਚੱਲ ਰਿਹਾ ਵਾ। ਅਤੇ ਪੈਲੀ ਮੇਰੀ 2.25 ਏਕੜ ਆ, ਜਿਹਦੇ ਵਿੱਚੋਂ 2 ਏਕੜ 'ਤੇ 2 ਕਨਾਲ ਮੇਰਾ ਝੋਨਾ ਵਾ, ਅਤੇ 1.5 ਕਨਾਲ ਵਿੱਚ ਥੋੜ੍ਹਾ ਪੱਠੇ ਵੀ ਹੈਗੇ ਆ। ਅਤੇ ਉਹ ਸਰ ਕੋਈ ਪੱਲਾ ਨਹੀਂ ਫੜਾਉਂਦਾ ਪਿਆ, ਉਹ ਕਹਿੰਦਾ ਬਸ ਇਹੀ ਪਾਣੀ ਰੱਖ ਠੀਕ ਹੋ ਜਾਏਗਾ, ਉਹ ਅਜੇ ਬਸ ਉਹਨੇ ਨਹੀਂ ਕੋਈ ਗੱਲਬਾਤ ਨਹੀਂ ਕੋਈ ਅਜੇ ਸਕੈਨ ਕੀਤੀ। ਹਾਂਜੀ ਹਾਂਜੀ, ਹੁਣ ਅਸੀਂ ਜਾਣਾ, ਅਸੀਂ ਪਹਿਲਾਂ ਉਹਦੀ ਸਲਾਹ ਲਈ ਆ, ਹੁਣ ਉਹਨੇ ਨਹੀਂ ਗੱਲ ਕਹੀ, ਫਿਰ ਹੁਣ ਅਸੀਂ ਇੱਦਾਂ ਵੀ ਹਾਂ ਖੇਤੀਬਾੜੀ ਨੂੰ ਅਸੀਂ ਸ਼ਿਕਾਇਤ ਕਰਾਂਗੇ ਜਾ ਕੇ। ਡੀਲਰ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਕਿਸਾਨ ਦੀ ਗਲਤੀ ਕਰਕੇ ਫਸਲ ਖਰਾਬ ਹੋਈ ਹੈ। ਡੀਲਰ ਦਾ ਕਹਿਣਾ ਹੈ ਕਿ ਕਿਸਾਨ ਨੇ ਖੁਦ ਦਵਾਈ ਬਦਲ ਕੇ ਗਲਤ ਦਵਾਈ ਦਾ ਛਿੜਕਾਅ ਕੀਤਾ ਹੈ। ਨਿਊਰਦਾ ਹੈਗਾ ਜੀ ਕਿਸਾਨ ਖੇਤੀ ਸੈਂਟਰ, ਕੋਈ ਦਵਾਈ ਗਲਤ ਨਹੀਂ ਦਿੱਤੀ ਜੀ। ਦਵਾਈ ਇਹਦੇ ਕੋਲ ਉੱਥੋਂ ਜੋ ਕੁਝ ਹੋਇਆ ਇਹਦੇ ਕੋਲ ਉੱਥੋਂ ਬੰਬੀ ਵਾਲੇ ਅੰਦਰੋਂ ਹੋਇਆ, ਇਹਨੇ ਜਾ ਕੇ ਰੱਖੀ ਹੋਏਗੀ, ਮੈਨੂੰ ਨਹੀਂ ਪਤਾ ਉੱਥੋਂ ਕਿਸੇ ਚੇਂਜ ਕੀਤੀ ਹੈ ਨਾ ਕੀ। ਇੱਥੋਂ ਦਵਾਈ ਜਿਹੜੀ ਮੈਂ ਦਿੱਤੀ ਹੈ ਇਹਨਾਂ, ਉਹਦੇ ਕੋਲ 2 ਸ਼ੀਸ਼ੀਆਂ ਹੈਗੀਆਂ, ਉਹ ਜਿੱਥੇ ਮਰਜ਼ੀ ਚੱਕ ਕਰਾ ਲਏ, ਦਵਾਈ ਕੋਈ ਨਹੀਂ ਗਲਤ ਦਿੱਤੀ। ਇੱਕ ਆਪਣਾ ਟੋਰੋਟੈਨ ਦਿੱਤੀ ਆ ਟਿੱਡੇ ਵਾਸਤੇ, ਅਤੇ ਇੱਕ ਇਹਨੂੰ ਦਿੱਤੀ ਆ ਇਲੈਕਸੀਨ ਉੱਤਮ ਵਾਲਿਆਂ ਦੀ। ਉਹ ਦਵਾਈ ਹੁਣ 5 ਜਿਹੜੀ 5 ਕਿੱਲੇ ਦੀ ਖੋਲ੍ਹ ਕੇ ਦੇਣੀ ਆ ਜੀ, 5 ਕਿੱਲੇ ਦੀ ਜਾਨ ਲੈ ਜਾਂਦਾ 5 ਕਿੱਲੇ ਹੀ। ਇਹਨਾਂ ਆਪ ਉੱਥੇ ਇਹਦੇ ਕੋਲ ਬੰਬੀ ਵਾਲੇ ਅੰਦਰ ਰੱਖੀ ਆ ਇਹਨੇ, ਹੁਣ ਮੈਨੂੰ ਨਹੀਂ ਪਤਾ ਉੱਥੇ ਕੋਈ ਚੇਂਜ ਕਰ ਗਿਆ ਜਾਂ ਇਹਦੇ ਕੋਲ ਪਹਿਲਾਂ ਕੋਈ ਪਈ ਹੋਏ ਤੇ ਘਰੋਂ ਇਹਨੇ ਤੀਜੀ ਦਵਾਈ ਪਾਈ ਆ ਕੋਈ। ਤੁਹਾਡਾ ਪੈਸਟੀਸਾਈਡ ਲਾਇਸੈਂਸ ਹੈ ਤੁਹਾਡੇ ਕੋਲ? ਹੈਗਾ, ਕੋਲ ਹੀ ਹੈ, ਦਿਖਾ ਦਾਂਗੇ ਜੀ, ਮਹਿਕਮੇ ਵਾਲੇ ਨੂੰ ਵਿਖਾ ਦਾਂਗੇ। ਤੂੰ ਮਹਿਕਮੇ ਵਾਲੇ ਨੂੰ ਵਿਖਾ ਦਾਂਗੇ ਜਦੋਂ ਹੋਣਗੇ ਮਹਿਕਮੇ ਵਾਲੇ, ਕੋਈ ਮਹਿਕਮੇ ਵਾਲੇ ਨੂੰ ਵੀ ਲਾਇਆ ਆਖਣ ਡਿਆ ਕੱਲ੍ਹ ਦਾ ਭੱਜ ਬੰਦਾ ਹੁੰਦਾ ਆਪਣਾ ਸੇਲਮੈਨ ਬਣਾ ਰੱਖਿਆ ਹੁੰਦਾ ਤੇ ਕਾਊਂਟਰ ਬਣੇ ਹੁੰਦੇ ਇਹ ਦੱਸਦਾ ਹੁੰਦਾ ਵੀ ਇੱਦਾਂ ਤੁਸੀਂ ਆਹ ਖਿਲਾ ਦਾ ਜਾਂ ਪਾਇਆ ਦੇ ਵਿੱਚ ਹੀ ਤੇ ਆਹ ਕਾਊਂਟਰ ਨਹੀਂ ਗਾ ਬਣਿਆ ਜਿਹੜੀ ਇਹਨੇ ਮੇਰੀ ਗੱਲ ਸੁਣ, ਦਵਾਈ ਇਹਨੇ ਜਾ ਕੇ ਰੱਖੀ ਆ ਬੰਬੀ ਵਾਲੇ ਅੰਦਰ, ਮੈਨੂੰ ਨਹੀਂ ਪਤਾ ਉੱਥੋਂ ਕਿਸੇ ਚੇਂਜ ਕੀਤੀ ਆ ਜਾਂ ਉੱਥੋਂ ਇਹਦੇ ਕੋਲ ਚੇਂਜ ਹੋਈ ਹੈ, ਤੀਜੀ ਦਵਾਈ ਇਹਨੇ ਕੋਈ ਘਰੋਂ ਪਾਈ ਆ। ਸਾਡਾ ਕੋਈ ਕਸੂਰ ਨਹੀਂ ਗਾ, ਜਿੱਥੋਂ ਮਰਜ਼ੀ ਇਹਨੂੰ ਮੈਂ ਕਿਹਾ ਬਿਨਾਂ ਸ਼ੱਕ ਤਾਂ ਐਗਰੀਕਲਚਰ
ਉਹ ਸੇਲਮੈਨ ਦੇ ਨਾਲ ਸਰਦਾਰ ਲਾਇਸੈਂਸ ਲਾਉਣਾ ਹੁੰਦਾ ਵੀ ਆਹ ਮੇਰਾ ਲਾਇਸੈਂਸ ਆ, ਆਹ ਮੇਰਾ ਸੇਲਮੈਨ ਆ, ਆਹ ਮੇਰਾ ਉੱਥੇ ਡੀਲਰ ਆ, ਉਹ ਕਿੱਥੇ ਦਾ ਲਾਇਸੈਂਸ ਇੱਥੇ? ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ।